ਕਦੇ ਐਸਾ ਨਾ ਕਹੀਂ ਕਿ ਪਰਮਾਤਮਾ ਦਾ ਦੀਦਾਰ ਹੋ ਰਿਹਾ ਹੈ, ਬਸ ਮੈਨੂੰ ਹੁਣ ਕੀ ਲੋੜ ਹੈ। ਹਉਮੈ ਹੋ ਜਾਵੇਗੀ, ਹਉਮੈ ਹੋ ਜਾਵੇਗੀ, ਸਭ ਕੁਝ ਚਲਾ ਜਾਏਗਾ। ਜਿਹੜੀ ਆਵਾਜ਼ ਅੱਜ ਤੈਨੂੰ ਅੰਦਰੋਂ ਸੁਣਦੀ ਏ, ਧੁਨ ਅੰਦਰੋਂ ਸੁਣਦੀ ਏ, ਅਨਹਦ ਵਾਜਾ ਅੰਦਰ ਪਿਆ ਵੱਜਦਾ ਹੈ, ਉਹ ਫਿਰ ਦੂਰੀ ਤੋਂ ਵੀ ਨਹੀਂ ਸੁਣਾਈ ਦੇਵੇਗਾ। ਜਿਹੜਾ ਪ੍ਰਭੂ ਤੇਰੇ ਅੰਦਰ ਬੈਠ ਕੇ ਤੈਨੂੰ ਸੁਣਾ ਰਿਹਾ ਹੈ, ਉਹਦਾ ਸੰਦੇਸ਼ ਦੂਰ ਤੋਂ ਵੀ ਨਹੀਂ ਸੁਣੇਗਾ। ਜੇ ਅੰਦਰ ਹਉਮੈ ਆ ਗਈ, ਭਾਈ ਸਾਹਿਬ ਬੜਾ ਸੁੰਦਰ ਪ੍ਰਮਾਣ ਦਿੰਦੇ ਨੇ, ਕਹਿੰਦੇ ਇੱਕ ਟੱਕ ਧਿਆਨ ਉੱਤੇ ਚੰਦਨ ਵਿੱਚ ਘੁਰ ਗਤ। ਭਾਈ ਗੁਰਦਾਸ ਸਾਹਿਬ ਬੜਾ ਸੁੰਦਰ ਵਿਚਾਰ ਦਿੰਦੇ ਨੇ, ਜਿਸ ਤਰ੍ਹਾਂ ਅਸਮਾਨ ਦੇ ਅੰਦਰ ਚੰਦਰਮਾ ਉਦੇ ਹੋਵੇ ਅਤੇ ਚਕੋਰ ਦੀ ਪ੍ਰੀਤ ਜਿਹੜੀ ਚੰਦਰਮੇ ਦੇ ਨਾਲ ਹੈ, ਜਿਵੇਂ ਜਿਵੇਂ ਚੰਦਰਮਾ ਉਦੇ ਹੁੰਦਾ ਚਕੋਰ ਨੂੰ ਚਾਉ ਚੜ੍ਹਦਾ ਜਾਂਦਾ, ਚੰਦਰਮਾ ਆਪਣੇ ਪੂਰੇ ਰੂਪ ਅੰਦਰ ਪੂਰਾ ਪ੍ਰਕਾਸ਼ ਕਰ ਰਿਹਾ ਹੈ ਅਤੇ ਚਕੋਰ ਪਹਿਲਾਂ ਪਿਆ ਪਾਉਂਦਾ, ਕਦੇ ਇਹਨੂੰ ਕੁਚਰ ਕੁਚਰ ਕਰਦਾ ਜਾਂਦਾ, ਕਦੇ ਇਹਨੂੰ ਉਡਾਰੀ ਮਾਰ ਜਾਂਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਜਦੋਂ ਐਸੇ ਬੇਅੰਤ ਚੰਦਰਮਿਆਂ ਨੂੰ ਪ੍ਰਕਾਸ਼ਿਤ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ, ਜਿਹਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਨਮੋ ਚੰਦਰ ਚੰਦਰੇ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਇੱਕ ਚੰਦਰਮਾ ਤਾਂ ਕੀ ਕਈ ਚੰਦਰਮਿਆਂ ਨੂੰ ਪੈਦਾ ਕਰਨ ਵਾਲਾ ਹੈ, ਪ੍ਰਕਾਸ਼ਿਤ ਕਰਨ ਵਾਲਾ ਹੈ, ਪ੍ਰਕਾਸ਼ ਦੇਣ ਵਾਲਾ ਹੈ, ਹੇ ਸਮੋਹ ਚੰਦਰਮਾ ਨੂੰ ਚਾਨਣੀ ਦੇਣ ਵਾਲੇ ਅਕਾਲ ਪੁਰਖ ਵਾਹਿਗੁਰੂ ਤੈਨੂੰ ਨਮੋ ਨਮਸਕਾਰ ਹੈ। ਉਸ ਅਕਾਲ ਪੁਰਖ ਦੀ ਗੱਲ ਕਰਦਿਆਂ ਹੋਇਆਂ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਮੇਰੀ ਹਾਲਤ ਚਕੋਰ ਵਰਗੀ ਹੋ ਗਈ, ਜਦੋਂ ਮਾਲਕ ਦਾ ਦੀਦਾਰ ਜਿਵੇਂ ਜਿਵੇਂ ਹੁੰਦਾ ਗਿਆ, ਅੰਦਰ ਚਾਉ ਵੱਧਦਾ ਗਿਆ, ਉਤਸ਼ਾਹ ਵੱਧਦਾ ਗਿਆ, ਖੁਸ਼ੀ ਦਾ ਹੱਦ ਬੰਨਾ ਨਾ ਰਿਹਾ, ਖੇੜਾ ਇੰਨਾ ਕੁ ਹੋ ਗਿਆ, ਕਦੋਂ ਉਸ ਸਮੇਂ ਦੀ ਉਡੀਕ ਹੋਣ ਲੱਗੀ ਜਦੋਂ ਜਾ ਕੇ ਪਿਆਰੇ ਦਾ ਦੀਦਾਰ ਕਰਾਂ, ਪਿਆਰੇ ਨੂੰ ਮਿਲਾਂ। ਕਹਿੰਦੇ ਧਿਆਨ ਐਂਓ ਪ੍ਰਭੂ 'ਤੇ ਲੱਗ ਜਾਣਾ ਕੀਤਾ, ਜਿਵੇਂ ਚੰਦਰਮਾ ਨੂੰ ਦੇਖ ਕੇ ਚਕੋਰ ਦੀ ਨਜ਼ਰ ਰੁਕ ਜਾਂਦੀ ਹੈ, ਉੱਥੇ ਜਾ ਕੇ ਮੇਰਾ ਧਿਆਨ ਪ੍ਰਭੂ ਦੇ ਚਰਨਾਂ ਵਿੱਚ ਜਾ ਕੇ ਉਹਦੇ ਦੀਦਾਰ ਕਰਦਿਆਂ ਟਿਕ ਗਿਆ, ਇੱਧਰ ਉੱਧਰ ਖਿੰਡਿਆ ਨਹੀਂ, ਹਿੱਲਿਆ ਨਹੀਂ। ਭਾਈ ਸਾਹਿਬ ਕਹਿੰਦੇ ਪਾਲਣ ਨਾ ਲੱਗਤ ਸੁਪਨੇ ਉਹਨਾਂ ਦੇ ਖਾਈਏ, ਔਰ ਕਹਿਣ ਲੱਗੇ ਹੁਣ ਸਮਾਂ ਉਹ ਆ ਗਿਆ ਕਿ ਜਿਸ ਵਕਤ ਪਰਿਪੂਰਨ ਪਰਮਾਤਮਾ ਦੇ ਨਾਲੋਂ ਮੇਰੇ ਅਵਗਣਾਂ ਕਰਕੇ ਦੂਰੀ ਬਣ ਗਈ,
ਦਿਖਾਈ ਨਹੀਂ ਦਿੰਦੇ, ਦੂਰ ਚਲੇ ਗਏ, ਦੀਦਾਰ ਨਹੀਂ ਹੁੰਦੇ, ਬਚਨ ਸੁਣਾਈ ਨਹੀਂ ਦਿੰਦੇ। ਭਾਈ ਗੁਰਦਾਸ ਸਾਹਿਬ ਕਹਿੰਦੇ ਹੁਣ ਪਲ ਭਰ ਵੀ ਨਾ ਲਗਤ ਔਰ ਨੇੜੇ ਨਹੀਂ ਆਉਂਦਾ, ਨੇੜੇ ਨਹੀਂ ਜਾਇਆ ਜਾਂਦਾ ਉਸ ਮਾਲਕ ਦੇ। ਭਾਈ ਗੁਰਦਾਸ ਸਾਹਿਬ ਕਹਿੰਦੇ ਹੁਣ ਪਲਕਾਂ ਜੁੱਟ ਜਾਵਣ, ਇੱਕ ਪਲ ਭਰ ਵੀ ਵੱਖਰਿਆਂ ਨਹੀਂ ਸੀ ਹੁੰਦੇ ਕਦੇ ਪਰਮਾਤਮਾ ਨਾਲੋਂ, ਅਤੇ ਹੁਣ ਪਲ ਲਈ ਮਿਲਾਪ ਨਹੀਂ ਹੁੰਦਾ। ਭਾਈ ਸਾਹਿਬ ਕਹਿੰਦੇ ਆ ਜਿਹਦੇ ਨਾਲੋਂ ਇੱਕ ਪਲ ਵਿਛੜ ਕੇ ਜਿਉਣਾ ਨਹੀਂ ਸੀ ਆਉਂਦਾ, ਮਨ ਨਹੀਂ ਸੀ ਚਾਹੁੰਦਾ। ਭਾਈ ਗੁਰਦਾਸ ਸਾਹਿਬ ਕਹਿੰਦੇ ਉਹਦਾ ਹੁਣ ਸੁਪਨੇ ਵਿੱਚ ਵੀ ਦੀਦਾਰ ਨਹੀਂ ਹੁੰਦਾ, ਉਹ ਸੁਪਨੇ ਵਿੱਚ ਵੀ ਆ ਕੇ ਗੱਲਬਾਤ ਨਹੀਂ ਕਰਦਾ, ਉਹਦੇ ਨਾਲ ਗੱਲਬਾਤ ਕਰਨ ਦਾ ਸਮਾਂ ਨਹੀਂ ਮਿਲਦਾ ਸੁਪਨੇ ਦੇ ਵਿੱਚ ਵੀ। ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਅੰਮ੍ਰਿਤ ਬਚਨ ਧੁਨ ਸੁਨ ਤੁਹੀ ਬਿੱਧੇ ਮਾਨ। ਕਹਿੰਦੇ ਜਦੋਂ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਮੌਜੂਦ ਸਨ, ਹਜ਼ੂਰ ਸਨ, ਦਾਤਾ ਸਾਹਿਬ ਪ੍ਰਤੱਖ ਰੂਪ ਵਿੱਚ ਦਰਸ਼ਨ ਬਖਸ਼ ਰਹੇ ਸਨ, ਕਹਿਣ ਲੱਗੇ ਉਦੋਂ ਉਹਨਾਂ ਦੇ ਬਚਨਾਂ ਦੀ ਧੁਨ ਆਵਾਜ਼ ਨੂੰ ਸੁਣਦਿਆਂ ਹੋਇਆਂ ਉਹਨਾਂ ਦੀ ਮੌਜੂਦਗੀ ਵਿੱਚ ਉਹਨਾਂ ਦੇ ਬਚਨਾਂ ਰੂਪ ਅੰਮ੍ਰਿਤ ਦਾ ਆਨੰਦ ਮੰਨ ਰਹੇ ਸਾਂ, ਖੇੜਾ ਮੰਨ ਰਹੇ ਸਾਂ। ਭੈ ਦੂਰ ਹੋ ਰਿਹਾ ਸੀ, ਮ੍ਰਿਤੂ ਦਾ ਕੋਈ ਖਿਆਲ ਨਹੀਂ ਸੀ ਉਪਜ ਰਿਹਾ, ਜੀਵਨ ਅੰਮ੍ਰਿਤਮਈ ਬਣ ਗਿਆ ਸੀ ਉਹਦੇ ਬਚਨਾਂ ਨੂੰ ਸੁਣਦਿਆਂ ਹੋਇਆਂ। ਤਾਂ ਮੁੱਖ ਸੰਦੇਸੋ ਪਤਕਨ ਪੈ ਨਾ ਪਾਈਏ, ਜਿਹੜੇ ਮਾਲਕ ਦੇ ਕੋਲ ਬੈਠ ਕੇ ਉਹਦੇ ਨਾਲ ਬਚਨੋਂ ਬਿਲਾਸ ਸੁਣੇ ਜਾ ਰਹੇ ਸਨ, ਕੀਤੇ ਜਾ ਰਹੇ ਸਨ। ਭਾਈ ਗੁਰਦਾਸ ਸਾਹਿਬ ਕਹਿੰਦੇ ਮੇਰੇ ਅਵਗਣਾਂ ਦੇ ਕਾਰਨ, ਮੇਰੇ ਦੂਸ਼ਣਾਂ ਦੇ ਕਾਰਨ ਦੂਰੀ ਇੰਨੀ ਕੁ ਬਣ ਗਈ ਕਿ ਜਿਹੜਾ ਮਾਲਕ ਮੇਰੇ ਨਾਲ ਗੱਲਾਂ ਬਾਤਾਂ ਕਰਦਾ ਸੀ ਨਾ, ਅੱਜ ਦੂਰੀ ਇੰਨੀ ਬਣ ਗਈ ਕਿ ਉਹਦਾ ਸੰਦੇਸੋ ਸੁਨੇਹਾ ਪਥਕਨ ਪੈ ਨਾ ਪਾਈਏ, ਪਥਕਨ ਮੈਂ ਨਾ ਪਾਂਦੀ, ਰਸਤੇ 'ਤੇ ਚੱਲਣ ਵਾਲੇ ਰਾਹੀ ਮੈਂ ਉਸ ਰਾਹ ਵੱਲ ਨਜ਼ਰ ਲਾ ਕੇ ਉਡੀਕਦਾ ਰਹਿੰਦਾ ਹਾਂ, ਇਸ ਪਾਸਿਓਂ ਕੋਈ ਆਵੇ ਅਤੇ ਮੇਰੇ ਪਿਆਰੇ ਦਾ ਸੁਨੇਹਾ ਮੈਨੂੰ ਸੁਣਾਵੇ, ਪਰ ਆਉਂਦਾ ਕੋਈ ਨਹੀਂ। ਕੋਈ ਸੁਨੇਹਾ ਪਾਂਦੀ ਤਾਂ ਬੜੇ ਆਉਂਦੇ, ਮਾਰਗ 'ਤੇ ਚੱਲਣ ਵਾਲੇ ਬੜੇ ਆਉਂਦੇ, ਪਰ ਮੇਰੇ ਲਈ ਸੁਨੇਹਾ ਕੋਈ ਨਹੀਂ ਆਉਂਦਾ। ਮੈਂ ਉਡੀਕ ਵਿੱਚ ਤੜਫ ਵਿੱਚ ਹੀ ਉਹ ਸਮਾਂ ਬਸਰ ਕਰ ਰਿਹਾ ਹੈ। ਕਹਿੰਦੇ ਜੀਵ ਦੇ ਅੰਦਰ ਦੀ ਇਹ ਤੜਫ ਹੋਵੇ ਪਰਿਪੂਰਨ ਪਰਮਾਤਮਾ ਨੂੰ ਪਾਉਣ ਦੀ, ਪਰਮਾਤਮਾ ਨਾਲ ਮਿਲਣ ਦੀ। ਭਾਈ ਸਾਹਿਬ ਕਹਿੰਦੇ ਸਿੱਧਾ ਸਮੈ ਨਾ ਉਰ ਅੰਤਰ ਸੁਮਾ ਤੁਹਾਰ। ਭਾਈ ਸਾਹਿਬ ਕਹਿੰਦੇ ਜਦੋਂ ਪ੍ਰਭੂ ਦੇ ਨਾਲ ਮਿਲਾਪ ਹੋਇਆ, ਪ੍ਰਭੂ ਦੇ ਨਾਲ ਇੱਕ ਮਿਕਤਾ ਹਾਸਲ ਹੋਈ ਅਤੇ ਪ੍ਰਭੂ ਦੇ ਨਾਲ ਮਨ ਚਾਹੁੰਦਾ ਕਿ ਰਤਾ ਕੁ ਜਿੰਨੀ ਵੀ ਵਿਥ ਨਾ ਰਹਿ ਉਹ ਮੇਰੇ ਵਿੱਚ ਮਿਲ ਜਾਵੇ, ਮੈਂ ਉਹਦੇ ਵਿੱਚ ਮਿਲ ਜਾਵਾਂ। ਉਹ ਅਕਾਲ ਪੁਰਖ ਵਾਹਿਗੁਰੂ ਗਜ਼ ਗਜ਼ ਲੰਬੀਆਂ ਬਾਹਾਂ ਵਧਾ ਕੇ ਮੈਨੂੰ ਕਲਾਵੇ ਵਿੱਚ ਲੈ ਲਵੇ,
ਮੈਨੂੰ ਪਰਮਾਤਮਾ ਆਪਣੀ ਗਲਵਕੜੀ ਵਿੱਚ ਲੈ ਲਵੇ, ਥੋੜ੍ਹਾ ਵੀ ਫਰਕ ਨਾ ਰਹਿ ਜਾਏ। ਅਨਕ ਪਹਾੜ ਓਡ ਭਏ ਕੈਸੇ ਜਾਈਏ। ਕਹਿੰਦੇ ਕਿਤੇ ਉਹ ਸਮਾਂ ਸੀ ਜਦੋਂ ਪ੍ਰਭੂ ਆਪਣੀ ਗਲਵਕੜੀ ਵਿੱਚ ਲੈਂਦੇ, ਥੋੜ੍ਹੀ ਵੀ ਦੂਰੀ ਨਹੀਂ ਸੀ। ਅਤੇ ਅੱਜ ਉਹ ਸਮਾਂ ਆ ਗਿਆ ਕਿ ਵੱਡੇ ਵੱਡੇ ਪਹਾੜ ਵਿਚਾਲੇ ਆ ਗਏ, ਵੱਡੇ ਵੱਡੇ ਦੂਸ਼ਣ ਆ ਗਏ, ਵੱਡੇ ਵੱਡੇ ਗੁਨਾਹ ਆ ਗਏ, ਵੱਡੀਆਂ ਵੱਡੀਆਂ ਗੁਸਤਾਖੀਆਂ ਆ ਗਈਆਂ, ਉਹ ਗੱਭੇ ਆ ਗਈਆਂ ਮੇਰੀ ਅਤੇ ਮੇਰੇ ਮਾਲਕ ਵਾਹਿਗੁਰੂ ਦੀ ਦੂਰੀ ਬਣ ਗਈ, ਦੂਰ ਹੋ ਗਏ। ਭਾਈ ਸਾਹਿਬ ਕਹਿੰਦੇ ਸਹਿਜ ਸੰਜੋਗ ਭੋਗ ਰਸ ਪ੍ਰਤਾਪ ਹੁਤੇ। ਭਾਈ ਸਾਹਿਬ ਕਹਿੰਦੇ ਸਹਿਜ ਸ਼ਾਂਤੀ ਗਿਆਨ ਟਿਕਾਊ ਭਲੀ ਪ੍ਰਕਾਰ ਪ੍ਰਭੂ ਨਾਲ ਜੁੜਨਾ ਅੰਦਰੋਂ ਬਾਹਰੋਂ, ਅਤੇ ਜੁੜ ਕਰਕੇ ਨਾ ਬਾਹਰੋਂ ਵੀ ਅਤੇ ਅੰਦਰੋਂ ਵੀ ਰਸ ਉਹਦਾ ਮੰਨਣਾ, ਉਹਦੇ ਤੇਜ ਪ੍ਰਤਾਪ ਦੇ ਨਾਲ ਉਹਦਾ ਰਸ ਮੰਨਣਾ ਪਰਮਾਤਮਾ ਦਾ। ਅਤੇ ਜਿਹੜਾ ਰਸ ਮਾਣਦੇ ਸੀ, ਕਹਿੰਦੇ ਜਦੋਂ ਦੂਰੀ ਬਣੀ ਫਿਰ ਬਿਰਹ ਬੇਯੋਗ, ਬਿਰਹ ਦੁੱਖ ਵਿਯੋਗ ਵਿਛੋੜਾ ਹੋ ਗਿਆ ਪਰਮਾਤਮਾ ਤੋਂ, ਉਹ ਰਸ ਤੋਂ, ਉਸ ਸ਼ਾਂਤੀ ਤੋਂ, ਉਸ ਟਿਕਾਓ ਤੋਂ ਦੂਰੀ ਬਣ ਗਈ। ਜਿੱਥੇ ਆਨੰਦ ਸੀ, ਰਸ ਆ ਰਿਹਾ ਸੀ, ਖੇੜਾ ਸੀ, ਖੁਸ਼ੀ ਸੀ, ਉਹ ਗਮੀਆਂ ਦੇ ਵਿੱਚ ਬਦਲ ਗਏ, ਦੁੱਖ ਦੇ ਵਿੱਚ ਬਦਲ ਗਏ, ਸੁੱਖ ਚਲਾ ਗਿਆ। ਸੁੱਖ ਉਦੋਂ ਗਿਆ ਜਦੋਂ ਪ੍ਰਭੂ ਤੋਂ ਦੂਰੀ ਬਣੀ। ਜਿਨ੍ਹਾਂ ਨੂੰ ਪਤਾ ਮੈਂ ਸਦੀਵ ਕਾਲ ਸੁੱਖ ਪ੍ਰਾਪਤ ਕਰਨਾ ਹੈ, ਅਤੇ ਆਪਣੇ ਗੁਰੂ ਨੂੰ ਪੁੱਛਦੇ ਮਹਾਰਾਜ ਸਦੀਵ ਕਾਲ ਮੇਰੇ ਕੋਲ ਸੁੱਖ ਕਿਵੇਂ ਟਿਕਿਆ ਰਹਿ ਸਕਦਾ ਹੈ, ਅਤੇ ਫਿਰ ਸਤਿਗੁਰੂ ਕਿਰਪਾ ਕਰਕੇ ਦੱਸਦੇ ਜਾਓ ਸੁੱਖ ਕਉ ਚਾਹੈ ਸਦਾ ਸਰਨ ਰਾਮ ਕੀ ਲੇ। ਜਦੋਂ ਜੀਵ ਸੁੱਖ ਨੂੰ ਚਾਹੁੰਦਾ ਹੈ ਕਿ ਸਦੀਵ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਸੁੱਖ ਬਣਿਆ ਰਹੇ, ਫਿਰ ਕਹਿੰਦੇ ਨੇ ਪ੍ਰਭੂ ਦੀ ਸਰਨ ਲੈ। ਜਿਹੜਾ ਤੇਰੇ ਮਨ ਅੰਦਰ ਭੈ, ਇੱਥੇ ਦੁੱਖ ਬੜੇ ਨੇ, ਸਤਾਉਂਦੇ ਨੇ, ਰੁਲਾਉਂਦੇ ਨੇ, ਅੱਗੇ ਜੀਵ ਜਾਂਦੇ ਨੇ, ਬੜੇ ਦੋਜਕ ਨੇ, ਬੜੇ ਦੁੱਖ ਨੇ, ਬੜੀਆਂ ਜੂਨੀਆਂ ਵਿੱਚ ਦੁੱਖ ਨੇ, ਭ੍ਰਮਣ ਕਰਨਾ ਪੈਂਦਾ, ਭਟਕਣਾ ਪੈਂਦਾ ਹੈ, ਉਹਦੇ ਤੋਂ ਭੈ ਭੀਤ ਹੁੰਦਾ ਹੈ। ਅਤੇ ਮਹਾਰਾਜ ਕਹਿੰਦੇ ਪ੍ਰਭੂ ਦੀ ਸ਼ਰਨ ਵਿੱਚ ਆਵੇਂਗਾ, ਪ੍ਰਭੂ ਕਿਰਪਾ ਕਰੇਗਾ, ਤੇਰੇ ਸਾਰੇ ਭੈ ਮਿਟਾ ਦੇਵੇਗਾ। ਪ੍ਰਭ ਕੀ ਸ਼ਰਨ ਸਗਲ ਭੈ ਲਾਥੇ, ਦੁੱਖ ਬਿਨਸੇ ਸੁਖ ਪਾਇਆ, ਦਇਆਲ ਹੁਆ ਪਾਰ ਬ੍ਰਹਮ ਸੁਆਮੀ। ਪੂਰਾ ਸਤਿਗੁਰ ਧਿਆਇਆ, ਉਹਦੇ ਨਾਲ ਜੁੜ ਬੇਯੋਗ ਵਿਛੜਨਾ ਦੂਰ ਹੋ ਜਾਏਗਾ, ਵਿਛੋੜਾ ਮੁੱਕ ਜਾਏਗਾ। ਵਿਛੋੜਾ ਤਾਂ ਹੋਇਆ ਪਰਮਾਤਮਾ ਵੱਲ ਨੂੰ ਵਧਿਆ ਨਹੀਂ, ਉਧਰੋਂ ਭਾਵਨਾ ਪ੍ਰੇਮ ਔਰ ਸ਼ੰਕਾਵਾਂ ਦੇ ਵਿੱਚ ਬਦਲਣ ਲੱਗ ਪਿਆ, ਸੰਸਾਰ ਵੱਲੋਂ ਔਰ ਜੀਵ ਦੇ ਖਿਆਲਾਤ ਪ੍ਰੇਮ ਵਧਣ ਲੱਗ ਪਿਆ। ਭਾਈ ਸਾਹਿਬ ਕਹਿੰਦੇ ਸੋਗ ਰੋਗ ਬਿਲ ਲਾਈਏ। ਅੰਦਰ ਮਨ ਨੂੰ ਵੀ ਰੋਗ ਅਤੇ ਤਨ ਨੂੰ ਵੀ ਰੋਗ, ਜਾਂ ਤਨ ਨੂੰ ਰੋਗ ਲੱਗੇ
ਅਤੇ ਮਨ ਵਿੱਚ ਸੋਗ ਆ ਗਿਆ, ਗਮਗੀਨਤਾ ਗਈ ਚਲੀ। ਮਨ ਅਰ ਗਮਗੀਨਤਾ ਦੇ ਵਹਿਨ ਦੇ ਵਿੱਚ ਵਹਿ ਤੁਰਿਆ, ਨਿਰਾਸ਼ਾਵਾਦੀ ਹੋ ਗਿਆ। ਫਿਰ ਉਹਨਾਂ ਦੁੱਖਾਂ ਤੋਂ ਤੰਗ ਆ ਕੇ ਵਿਰਲਾਪ ਕਿਪਿਆ ਕਰਦਾ ਹੈ, ਬਿੱਲ ਲਾਉਂਦਾ ਹੈ, ਵਿਰਲਾਪ ਕਰਦਾ ਹੈ, ਬੜਾ ਦੁਖੀ ਹੁੰਦਾ ਹੈ, ਚੀਕਾਂ ਮਾਰਦਾ ਹੈ, ਮੈਂ ਬੜਾ ਦੁਖੀ ਹੈ। ਅਤੇ ਦੁੱਖ ਕਿਉਂ ਆਏ, ਵਿਰਲਾਪ ਕਿਉਂ ਕਰਨਾ ਪਿਆ, ਬਿੱਲ ਲਾਉਣਾ ਕਿਉਂ ਪਿਆ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਵਿਰਲਾਪ ਉਹ ਕਰਦੇ, ਬਿੱਲ ਲਾਉਂਦੇ ਉਹ ਜਿਨ੍ਹਾਂ ਨੂੰ ਗੁਰੂ ਭੁੱਲ ਜਾਂਦਾ ਹੈ, ਜਿਹੜੇ ਗੁਰੂ ਤੋਂ ਜੁਦੇ ਹੋ ਜਾਂਦੇ ਨੇ।